ਗੁਰੂ ਕੋਚਿੰਗ ਸੈਂਟਰ ਫੇਸ 7 ਮੋਹਾਲੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਹੋਰ ਪੰਜਾਬ ਜੀਕੇ ਦੇ ਅਨਦਰ ਇੰਪੋਰਟੈਂਟ ਇਨਫੋਰਮੇਸ਼ਨਲ ਵੀਡੀਓ ਲੈ ਕੇ ਹਾਜ਼ਰ ਹਾਂ ਤੇ ਪਲੀਜ਼ ਤੁਸੀਂ ਅਗਰ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਇੰਡਲੀ ਉਹਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਲਗਾਤਾਰ ਜੁੜਦੇ ਜਾ ਰਹੇ ਹੋ ਜੋ ਸਬਸਕ੍ਰਾਈਬਰਸ ਦੀ ਗਿਣਤੀ ਉਹ ਵੀ ਵੱਧਦੀ ਜਾ ਰਹੀ ਹੈ ਪਲੀਜ਼ ਥੋੜ੍ਹਾ ਜਿਹਾ ਹੋਰ ਸਾਡਾ ਸਾਥ ਦਿਓ ਤਾਂ ਕਿ ਘੱਟੋ ਘੱਟ 1000 ਸਬਸਕ੍ਰਾਈਬਰ ਫਟਾਫਟ ਹੋ ਜਾਣ ਠੀਕ ਹੈ ਜੀ ਔਰ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਸਾਡੀ ਵੀਡੀਓਜ਼ ਦਾ ਇੰਨਾ ਅੱਛਾ ਰਿਸਪੌਂਸ ਦੇ ਰਹੇ ਹੋ ਥੈਂਕ ਯੂ ਸੋ ਮੱਚ ਔਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਔਰ ਅੱਜ ਦੀ ਵੀ ਜੋ ਵੀਡੀਓ ਹੈ ਆਪਣੀ ਪੰਜਾਬ ਦੇ ਉੱਤੇ ਹੈ ਤੇ ਅੱਜ ਮੈਂ ਤੁਹਾਨੂੰ ਸਟੈਟਿਕ ਜੀਕੇ ਦੇ ਵੀ ਕੁਝ ਪੁਆਇੰਟਸ ਦੱਸੂੰਗੀ ਔਰ ਕੁਝ ਐਸੇ ਕੁਐਸਚਨਸ ਵੀ ਡਿਸਕਸ ਕਰਾਂਗੇ ਜੋ ਆਲਮੋਸਟ ਐਗਜ਼ਾਮਸ ਦੇ ਵਿੱਚ ਜਿੰਨੇ ਵੀ ਆਪਣੇ ਸਟੇਟ ਲੈਵਲ ਦੇ ਐਗਜ਼ਾਮ ਨੇ ਪੰਜਾਬ ਦੇ ਉਹਦੇ ਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਤਾਂ ਤੁਸੀਂ ਧਿਆਨ ਨਾਲ ਅੱਜ ਦਾ ਵੀਡੀਓ ਦੇਖਣਾ ਔਰ ਇਹਨੂੰ ਐਂਡ ਤੱਕ ਦੇਖਣਾ ਔਰ ਆਪਣਾ ਕਾਪੀ ਪੈਨ ਲੈ ਕੇ ਹਮੇਸ਼ਾ ਹੀ ਜਿਵੇਂ ਮੈਂ ਬੋਲਦੀ ਹਾਂ ਕਿ ਆਪਣੇ ਨੋਟਸ ਜੋ ਨੇ ਉਹ ਬਣਾਉਂਦੇ ਰਹੋ ਨਾਲ ਨਾਲ ਸੋ ਦੈਟ ਤੁਸੀਂ ਰਿਵੀਜ਼ਨ ਇੱਕ ਕੁਇਕ ਰਿਵੀਜ਼ਨ ਹੋ ਜਾਏਗੀ ਇੱਕ ਹੀ ਜਗ੍ਹਾ ਤੇ ਔਰ ਸਾਡੇ ਵੀਡੀਓਜ਼ ਨੇ ਜੋ ਉਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਦੋਂ ਵੀ ਅਗਰ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਔਰ ਅਗਰ ਹਲੇ ਤੱਕ ਨਹੀਂ ਜੁੜੇ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪਲੀਜ਼ ਔਰ ਅਗਰ ਫਿਰ ਵੀ ਤੁਹਾਨੂੰ ਕੋਈ ਫਰਦਰ ਕੁਐਰੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਹੀ ਸਕਦੇ ਹੋ ਤਾਂ ਅੱਜ ਆਪਾਂ ਸਟਾਰਟ ਕਰਦੇ ਆਪਣਾ ਨੈਕਸਟ ਚੈਪਟਰ ਔਨ ਪੰਜਾਬ ਜੀਕੇ ਸੋ ਲੈਟਸ ਸਟਾਰਟ ਦ ਵੀਡੀਓ ਪੰਜਾਬ ਜੀਕੇ ਹੁਣ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ ਕਿ ਪੰਜਾਬ ਦਾ ਜੋ ਦਿਨ ਹੈ ਉਹ ਕਦੋਂ ਇਸਟੈਬਲਿਸ਼ ਹੋਇਆ ਸੀ ਆਪਣਾ 1 ਨਵੰਬਰ 1966 1 ਨਵੰਬਰ 1966 ਨੂੰ ਹੀ ਤੁਹਾਡਾ ਹਰਿਆਣਾ ਕਾਰਵ ਆਊਟ ਹੋਇਆ ਸੀਗਾ ਪੰਜਾਬ 'ਚੋਂ ਇਹ ਵੀ ਯਾਦ ਰੱਖਿਓ ਠੀਕ ਹੈ 1 ਨਵੰਬਰ 1966 ਤੁਹਾਨੂੰ ਪਤਾ ਹੈ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੁਣ ਨੈਕਸਟ ਚੀਜ਼ ਜੋ ਇੰਪੋਰਟੈਂਟ ਹੈ ਜੋ ਸਟੈਟਿਕ ਜੀਕੇ ਦਾ ਕੁਐਸਚਨ ਹੈ ਵਿਚ ਇਜ਼ ਯੋਰ ਏਰੀਆ ਕਿ ਪੰਜਾਬ ਦਾ ਏਰੀਆ ਕਿੰਨਾ ਹੈ ਤਾਂ ਪੰਜਾਬ ਦਾ ਏਰੀਆ ਕਿੰਨਾ ਹੈ 50,362 ਕਿਲੋਮੀਟਰ ਸਕੁਅਰ ਅਗਰ ਮੈਂ ਪੂਰੇ ਭਾਰਤ ਦਾ ਜਿੰਨਾ ਵੀ ਆਪਣਾ ਟੋਟਲ ਇੰਡੀਆ ਉਹਦੀ ਗੱਲ ਕਰਾਂ ਤਾਂ 1.54% ਆਫ ਇੰਡੀਆ ਹੁਣ ਇੱਕ ਕੁਐਸਚਨ ਇੱਥੇ ਹੋਰ ਯਾਦ ਰੱਖੋ ਜਿਵੇਂ ਆ ਇੰਡੀਆ ਫੋਰ ਐਗਜ਼ਾਮਪਲ ਡਰਾਇੰਗ ਇੰਨੀ ਸੋਹਣੀ ਹੈ ਨਹੀਂ ਬਟ ਠੀਕ ਹੈ ਇਟਸ ਆਲ ਰਾਈਟ ਫੋਰ ਐਗਜ਼ਾਮਪਲ ਹੈ ਇੰਡੀਆ ਠੀਕ ਹੈ ਹੁਣ ਪੰਜਾਬ ਜਦੋਂ ਮੈਂ ਡਰਾ ਕਰੂੰਗੀ ਤਾਂ ਇੱਦਾਂ ਡਰਾ ਕਰਦੇ ਨਾ ਆਪਾਂ ਨੂੰ ਤਾਂ ਪੰਜਾਬ ਦੀ ਜੋ ਸ਼ੇਪ ਹੈ ਬਾਉਂਡਰੀ ਅਕੋਰਡਿੰਗ ਦੇਖੇ ਤਾਂ ਕਿਹੜੀ ਆ ਉਹ ਟ੍ਰਾਇੰਗੂਲਰ ਸ਼ੇਪ ਹੈ ਜੀ ਕਿਹੜੀ ਹੈ ਟ੍ਰਾਇੰਗੂਲਰ ਸ਼ੇਪ ਤਾਂ ਇਹ ਵੀ ਕੁਐਸਚਨ ਯਾਦ ਰੱਖਿਓ ਕਿ ਇਹਦਾ ਤ੍ਰਿਕੋਣੀ ਵਾਲਾ ਜੋ ਹੈ ਸ਼ੇਪ ਹੈ ਠੀਕ ਹੈ ਟ੍ਰਾਇੰਗੂਲਰ ਸ਼ੇਪ ਹੈ ਹੁਣ ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਪੋਪੂਲੇਸ਼ਨ ਦੀ ਤਾਂ ਅਕੋਰਡਿੰਗ ਟੂ 2011 ਸੈਂਸਿਸ ਇਹ ਥੋੜੀ ਬਹੁਤ ਫਲਕਚੁਏਟ ਹੁੰਦੀ ਰਹਿੰਦੀ ਮਤਲਬ ਵੱਧ ਜਾਏਗੀ ਹੁਣ 2021 ਦਾ ਜਦੋਂ ਸੈਂਸਿਸ ਆਏਗਾ ਨਾ ਉਹ 'ਚ ਵੱਧ ਜਾਏਗੀ ਬਟ ਅਪਰੋਕਸੀਮੇਟ ਜੋ ਪਾਪੂਲੇਸ਼ਨ ਹੈ ਪੂਰੇ ਭਾਰਤ 'ਚੋਂ ਅਗਰ ਮੈਂ ਕਹਾਂ ਭਾਰਤ ਦੀ ਪਾਪੂਲੇਸ਼ਨ ਅਰਾਊਂਡ 17.5 ਕੈਲਕੂਲੇਟ ਹੋਈ ਸੀ ਸੈਂਸਿਸ 2011 ਵਿੱਚ ਤਾਂ 17.5 ਦਾ 2.28% ਜੋ ਪਾਪੂਲੇਸ਼ਨ ਉਹ ਕਿੱਥੇ ਹੈ ਪੰਜਾਬ ਦੇ ਵਿੱਚ ਹੈ ਤਾਂ ਠੀਕ ਹੈ ਪਾਪੂਲੇਸ਼ਨ ਆਫ ਪੰਜਾਬ ਕਿੰਨੀ ਹੈ 2.28% ਆਫ ਇੰਡੀਆ ਤਾਂ ਇਹ ਕੁਐਸਚਨ ਵੀ ਯਾਦ ਰੱਖਿਓ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲੈਟੀਟਿਊਡ ਔਰ ਲੌਂਗੀਟਿਊਡ ਦੀ ਅਗਰ ਮੈਂ ਕਹਾਂ ਇਹ ਧਰਤੀ ਹੈ ਫੋਰ ਐਗਜ਼ਾਮਪਲ ਇਹ ਤੁਹਾਡਾ ਗਲੋਬ ਹੈ ਜਿਹੜੀਆਂ ਇੱਦਾਂ ਲਾਈਨਸ ਹੁੰਦੀਆਂ ਨੇ ਇਹ ਹੁੰਦੇ ਨੇ ਤੁਹਾਡੇ ਲੌਂਗੀਟਿਊਡਸ ਔਰ ਜਿਹੜੀਆਂ ਆਹ ਲਾਈਨਸ ਹੁੰਦੀਆਂ ਨੇ ਇਹ ਹੁੰਦੀਆਂ ਨੇ ਤੁਹਾਡੇ ਲੈਟੀਟਿਊਡਸ ਤਾਂ ਅਗਰ ਮੈਂ ਲੌਂਗੀਟਿਊਡ ਦੀ ਗੱਲ ਕਰਦੀ ਹਾਂ ਤਾਂ ਲੌਂਗੀਟਿਊਡ ਦਾ ਕੀ ਹੈ 29°30' ਨੌਰਥ ਟੂ 32°32' ਨੌਰਥ ਇਹ ਤੁਹਾਡਾ ਲੌਂਗੀਟਿਊਡ ਦੀ ਹੈ ਜੋ ਤੁਹਾਡਾ ਏਰੀਆ ਕਵਰ ਹੁੰਦਾ ਔਰ ਲੈਟੀਟਿਊਡ ਜੋ ਹੈ ਪੰਜਾਬ ਦਾ ਉਹ ਹੈ 73°55' ਈਸਟ ਟੂ 76°50' ਈਸਟ ਔਰ ਇਹਦੇ ਚੋਂ ਇੱਕ ਕੁਐਸਚਨ ਡੈਫੀਨੇਟਲੀ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਜਾਂ ਤਾਂ ਉਹ ਪੰਜਾਬ ਦਾ ਲੌਂਗੀਟਿਊਡ ਪੁੱਛ ਲੇਗਾ ਜਾਂ ਤੁਹਾਡਾ ਲੈਟੀਟਿਊਡ ਤਾਂ ਯਾਦ ਰੱਖੋ ਜੋ ਵਰਟੀਕਲ ਲਾਈਨਸ ਨੇ ਉਹ ਤੁਹਾਡੀ ਕੀ ਨੇ ਲੌਂਗੀਟਿਊਡ ਜੋ ਹੋਰੀਜ਼ੋਂਟਲ ਲਾਈਨਸ ਨੇ ਉਹ ਕੀ ਨੇ ਤੁਹਾਡੇ ਲੈਟੀਟਿਊਡਸ ਔਰ ਇਹਨਾਂ ਦੀ ਜੋ ਏਰੀਆ ਹੈ 29°30' ਨੌਰਥ ਟੂ 32°32' ਨੌਰਥ 73°55' ਈਸਟ ਟੂ 76°50' ਈਸਟ ਇਹ ਯਾਦ ਰੱਖਿਓ ਹੁਣ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਆਪਣੇ ਕੋਲ ਕਿ ਜਿਵੇਂ ਮੈਂ ਤੁਹਾਨੂੰ ਕਹਾਂ ਜਿਹੜਾ ਫੋਰੈਸਟ ਸਰਵੇ ਆਫ ਇੰਡੀਆ ਹੈ ਉਹ ਕੀ ਕਹਿੰਦਾ ਕਿ ਪੂਰੇ ਭਾਰਤ ਦੇ ਵਿੱਚ 33% ਜੋ ਹਿੱਸਾ ਹੈ ਉਹ ਜੰਗਲਾਂ ਦੇ ਨਾਲ ਕਵਰ ਹੋਣਾ ਚਾਹੀਦਾ ਠੀਕ ਹੈ ਤਾਂ ਹੁਣ ਆਪਾਂ ਦੇਖਣਾ ਕਿ ਪੰਜਾਬ ਦਾ ਕਿੰਨੇ ਪਰਸੈਂਟ ਏਰੀਆ ਫੋਰੈਸਟ ਕਵਰ ਕਰਦਾ ਠੀਕ ਹੈ ਤਾਂ ਪੰਜਾਬ ਦੇ ਵਿੱਚ ਫੋਰੈਸਟ ਕਵਰ ਏਰੀਆ ਹੈ 6.12% ਕਿੰਨਾ 6.12% ਸਭ ਤੋਂ ਜ਼ਿਆਦਾ ਏਰੀਆ ਕਿੱਥੇ ਕਵਰ ਹੋ ਰਿਹਾ ਲਾਰਜੈਸਟ ਫੋਰੈਸਟ ਏਰੀਆ ਕਿੱਥੇ ਆਪਣਾ ਹੁਸ਼ਿਆਰਪੁਰ ਦੇ ਵਿੱਚ ਹੈ ਠੀਕ ਹੈ ਯਾਦ ਰੱਖਿਓ ਸਭ ਤੋਂ ਲਾਰਜੈਸਟ ਫੋਰੈਸਟ ਏਰੀਆ ਕਿੱਥੇ ਕਵਰ ਹੋ ਰਿਹਾ ਹੁਸ਼ਿਆਰਪੁਰ ਦੇ ਵਿੱਚ ਸੈਕਿੰਡ ਨੰਬਰ ਤੇ ਆਉਂਦਾ ਤੁਹਾਡਾ ਰੂਪਨਗਰ ਵਿੱਚ ਇਜ਼ ਯੂਅਰ ਰੋਪੜ ਥਰਡ ਆਉਂਦਾ ਤੁਹਾਡਾ ਗੁਰਦਾਸਪੁਰ ਠੀਕ ਹੈ ਇਹ ਯਾਦ ਰੱਖਿਓ ਸਭ ਕਿੰਨਾ ਟੋਟਲ ਫੋਰੈਸਟ ਕਵਰ ਏਰੀਆ ਕਵਰ ਹੁੰਦਾ ਪੰਜਾਬ ਦੇ ਵਿੱਚ 6.12% ਔਰ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ ਕਵਰ ਕਰਦਾ ਤੁਹਾਡਾ ਹੁਸ਼ਿਆਰਪੁਰ ਠੀਕ ਹੈ ਜੀ ਸਟੈਟਿਕ ਜੀਕੇ ਦੇ ਕੁਝ ਪੁਆਇੰਟਸ ਤੋਂ ਬਾਅਦ ਹੁਣ ਆਪਾਂ ਇੱਕ ਇੰਪੋਰਟੈਂਟ ਕੁਐਸਚਨਸ ਡਿਸਕਸ ਕਰ ਲੈਣਾ ਇਹਨਾਂ ਨੂੰ ਧਿਆਨ ਨਾਲ ਸੁਣਿਓ ਹੁਣ ਆਪਾਂ ਡਿਸਕਸ ਕਰਾਂਗੇ ਕਿ ਪੰਜਾਬ ਦਾ ਸਟੇਟ ਬਰਡ ਸਟੇਟ ਐਨੀਮਲ ਸਟੇਟ ਟ੍ਰੀ ਕਿਹੜਾ ਤੇ ਉਹਦੇ ਸਾਇੰਟੀਫਿਕ ਨੇਮਸ ਵੀ ਆਪਾਂ ਯਾਦ ਰੱਖਾਂਗੇ ਕਿਉਂਕਿ ਬਹੁਤ ਵਾਰ ਐਗਜ਼ਾਮਸ ਜੋ ਸਾਇੰਟੀਫਿਕ ਨੇਮ ਵੀ ਪੁੱਛ ਲੈਂਦਾ ਠੀਕ ਹੈ ਸੋ ਪਹਿਲੀ ਚੀਜ਼ ਹੈ ਸਟੇਟ ਬਰਡ ਆਫ ਪੰਜਾਬ ਸਟੇਟ ਬਰਡ ਕਿਹੜਾ ਪੰਛੀ ਕਿਹੜਾ ਹੈ ਪੰਜਾਬ ਦਾ ਗੋਸ਼ਕ
ਇਹਨੂੰ ਗੋਸ਼ਕ ਜਾਂ ਫਿਰ ਬਾਜ ਜਾਂ ਗੁਸ਼ਕ ਜਾਂ ਬਾਜ ਵੀ ਕਹਿੰਦੇ ਨੇ, ਗੁਸ਼ਕ ਜਾਂ ਬਾਜ। ਇਹਦਾ ਸਾਇੰਟਿਫਿਕ ਨੇਮ ਕੀ ਹੈ? ਐਸੀ ਪੀਟਰ ਜੈਂਟਲਿਸ। ਕੀ ਹੈ ਇਹਦਾ ਸਾਇੰਟਿਫਿਕ ਨੇਮ? ਐਸੀ ਪੀਟਰ ਜੈਂਟਲਿਸ। ਨੈਕਸਟ ਹੈ ਸਟੇਟ ਐਨੀਮਲ ਆਫ ਪੰਜਾਬ। ਪੰਜਾਬ ਦਾ ਸਟੇਟ ਐਨੀਮਲ ਜੋ ਹੈ ਉਹ ਬਲੈਕ ਬਕ ਜਾਂ ਉਹਨੂੰ ਲੋਕਲ ਲੈਂਗੁਏਜ ਦੇ ਵਿੱਚ ਕਾਲਾ ਹਿਰਨ ਵੀ ਕਿਹਾ ਜਾਂਦਾ ਹੈ। ਹੁਣ ਇਹਦਾ ਸਾਇੰਟਿਫਿਕ ਨੇਮ ਕੀ ਹੈ? ਐਂਟੀਲੋਪ ਸਰਵੀ ਕੈਪਰਾ। ਕੀ ਹੈ? ਐਂਟੀਲੋਪ ਸਰਵੀ ਕੈਪਰਾ। ਸਪੈਲਿੰਗਸ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਔਰ ਇਹਨਾਂ ਨੂੰ ਨੋਟ ਡਾਊਨ ਵੀ ਕਰ ਲਓ, ਬਹੁਤ ਇੰਪੋਰਟੈਂਟ ਕੁਸ਼ਚਨ ਹੈ, ਇੱਕ ਕੁਸ਼ਚਨ ਆਲਮੋਸਟ ਆ ਹੀ ਜਾਂਦਾ ਤਿੰਨਾਂ ਚੋਂ। ਥਰਡ ਹੈ ਸਟੇਟ ਟ੍ਰੀ ਆਫ ਪੰਜਾਬ। ਕਿਹੜਾ ਆਪਣਾ ਪੇੜ ਹੈ ਪੰਜਾਬ ਦਾ ਜੋ ਸਟੇਟ ਟ੍ਰੀ ਕਿਹਾ ਜਾਂਦਾ ਜਿਹਨੂੰ? ਸ਼ੀਸ਼ਮ ਜਾਂ ਇਹਦਾ ਲੋਕਲ ਨੇਮ ਹੁੰਦਾ ਟਾਲੀ। ਤੇ ਇਹਦਾ ਸਾਇੰਟਿਫਿਕ ਨੇਮ ਕੀ ਹੈ ਟਾਲੀ ਦਾ? ਦਲਬਰਜੀਆ ਸੀਸੋ। ਕੀ ਹੈ? ਦਲਬਰਜੀਆ ਸੀਸੋ। ਹੁਣ ਇਹ ਤਾਂ ਸਟੇਟ ਦੇ ਹੋ ਗਏ ਥੋੜੇ ਜਿਹੇ, ਪਰ ਆਪਾਂ ਨੂੰ ਨੈਸ਼ਨਲ ਵਾਲੇ ਵੀ ਪਤਾ ਹੋਣੇ ਚਾਹੀਦੇ ਨੇ, ਠੀਕ ਹੈ? ਨੈਸ਼ਨਲ ਆਪਣਾ ਟ੍ਰੀ ਕਿਹੜਾ ਹੈ, ਫਲਾਵਰ ਕਿਹੜਾ ਔਰ ਉਹਨਾਂ ਦੇ ਸਾਇੰਟਿਫਿਕ ਨੇਮਸ ਫਰਦਰ ਕੀ ਨੇ। ਹੁਣ ਸਭ ਤੋਂ ਪਹਿਲੀ ਕੈਟੇਗਰੀ ਹੈ ਨੈਸ਼ਨਲ ਫਰੂਟ ਜੋ ਕਿ ਹੈ ਮੈਂਗੋ। ਮੈਂਗੋ ਦਾ ਸਾਇੰਟਿਫਿਕ ਨੇਮ ਹੁੰਦਾ ਮੈਗਨੀਫੇਰਾ ਇੰਡਿਕਾ। ਨੈਕਸਟ ਹੈ ਨੈਸ਼ਨਲ ਫਲਾਵਰ, ਇਟ ਇਜ਼ ਯੋਰ ਲੋਟਸ। ਲੋਟਸ ਦਾ ਸਾਇੰਟਿਫਿਕ ਨੇਮ ਹੁੰਦਾ ਨਿਲੰਬੋ ਨਿਊਸੀਫੇਰਾ। ਕੀ ਹੁੰਦਾ? ਨਿਲੰਬੋ ਨਿਊਸੀਫੇਰਾ। ਨੈਕਸਟ ਹੈ ਤੁਹਾਡਾ ਨੈਸ਼ਨਲ ਬਰਡ ਪੀਕੌਕ। ਪੀਕੌਕ ਦਾ ਸਾਇੰਟਿਫਿਕ ਨੇਮ ਹੁੰਦਾ ਪੈਵੋ ਕ੍ਰਿਸਟੇਟਸ। ਕੀ ਹੁੰਦਾ? ਪੈਵੋ ਕ੍ਰਿਸਟੇਟਸ। ਨੈਕਸਟ ਹੈ ਨੈਸ਼ਨਲ ਐਨੀਮਲ। ਨੈਸ਼ਨਲ ਐਨੀਮਲ ਹੈ ਤੁਹਾਡਾ ਟਾਈਗਰ। ਟਾਈਗਰ ਦਾ ਸਾਇੰਟਿਫਿਕ ਨੇਮ ਹੁੰਦਾ ਪੈਂਥਰਾ ਟਿਗਰਿਸ। ਪੈਂਥਰਾ ਟਿਗਰਿਸ। ਲਾਸਟ ਹੈ ਤੁਹਾਡਾ ਨੈਸ਼ਨਲ ਟ੍ਰੀ ਵਿਚ ਇਜ਼ ਯੋਰ ਬਨੀਅਨ ਟ੍ਰੀ। ਇਹਦਾ ਸਾਇੰਟਿਫਿਕ ਨੇਮ ਹੁੰਦਾ ਜੀ ਤੁਹਾਡਾ ਫੀਕਸ ਬੈਂਗਾਲਨਸਿਸ। ਫੀਕਸ ਬੈਂਗਾਲਨਸਿਸ। ਤਾਂ ਇਹ ਸਾਰੇ ਸਪੈਲਿੰਗਸ ਔਰ ਜਿਹੜਾ ਵੀ ਮੈਂ ਤੁਹਾਨੂੰ ਦੱਸਿਆ ਹੁਣ ਇਹ ਯਾਦ ਰੱਖਿਓ, ਇਹ ਬਹੁਤ ਇੰਪੋਰਟੈਂਟ ਹੈ। ਇੱਕ ਕੁਸ਼ਚਨ ਆਲਮੋਸਟ ਆ ਹੀ ਜਾਂਦਾ ਕਿਹੜਾ ਸਟੇਟ ਟ੍ਰੀ ਹੈ, ਕਿਹੜਾ ਸਟੇਟ ਬਰਡ ਹੈ ਔਰ ਕਿਹੜਾ ਸਟੇਟ ਐਨੀਮਲ ਹੈ। ਔਰ ਨਾਲ ਹੀ ਆਪਾਂ ਨੈਸ਼ਨਲ ਵਾਲੇ ਵੀ ਕਵਰ ਕਰ ਲਏ ਨੇ, ਤਾਂ ਉਹ ਵੀ ਤੁਸੀਂ ਯਾਦ ਰੱਖਣੇ ਨੇ ਔਰ ਇਹਨਾਂ ਨੂੰ ਨੋਟ ਡਾਊਨ ਵੀ ਕਰ ਲੈਣਾ, ਠੀਕ ਹੈ? ਹੁਣ ਸਟੇਟ ਬਰਡ, ਸਟੇਟ ਐਨੀਮਲ ਔਰ ਸਟੇਟ ਟ੍ਰੀ ਔਰ ਕੁਛ ਨੈਸ਼ਨਲ ਜਿਹੜੇ ਵੀ ਆਪਾਂ ਡਿਸਕਸ ਕੀਤੇ ਨੇ ਫਰੂਟ ਫਲਾਵਰ, ਉਹ ਤੋਂ ਬਾਅਦ ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਨੈਕਸਟ ਆਪਣੇ ਕਿ ਪੰਜਾਬ ਦੇ ਵਿੱਚ ਵੈਟਲੈਂਡਸ ਕਿੰਨੇ ਨੇ, ਜ਼ੂਲੋਜੀਕਲ ਪਾਰਕ ਕਿੰਨੇ ਨੇ ਔਰ ਬੋਟੈਨੀਕਲ ਗਾਰਡਨ ਕਿੰਨੇ ਨੇ। ਇਹ ਧਿਆਨ ਨਾਲ ਸੁਣਿਆ, ਉਹ 'ਚ ਇੱਕ ਕੁਸ਼ਚਨ ਪੱਕਾ ਆਉਂਦਾ ਔਰ ਆਲਮੋਸਟ ਪੁੱਛ ਹੀ ਲੈਂਦਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੋਟਲ ਵੈਟਲੈਂਡਸ ਆਫ ਪੰਜਾਬ। ਹੁਣ ਵੈਟਲੈਂਡ ਕੀ ਹੁੰਦਾ? ਜਿਹੜਾ ਤੁਹਾਡਾ ਜਲੀਆ ਮਾਲ ਜਿਵੇਂ ਜਿੱਥੇ ਪਾਣੀ ਦਾ ਜੋ ਖੇਤਰ ਹੈ ਉਹ ਵੈਟਲੈਂਡ ਕੋਲ, ਜਿਵੇਂ ਤੁਹਾਡਾ ਦਲਦਲ ਹੋ ਗਿਆ ਜਾਂ ਜਿੱਥੇ ਵੀ ਪਾਣੀ ਜ਼ਿਆਦਾ ਹੈ ਉਹ ਕੀ ਹੈ ਤੁਹਾਡਾ ਵੈਟਲੈਂਡ ਹੈ। ਤਾਂ ਪੰਜਾਬ ਦੇ ਵਿੱਚ ਟੋਟਲ ਵੈਟਲੈਂਡ ਕਿੰਨੇ ਨੇ? ਤਿੰਨ ਨੇ, ਯਾਦ ਰੱਖਿਓ ਥ੍ਰੀ। ਪਹਿਲਾ ਹੈ ਹਰੀਕੇ ਪਤਨ ਜਿਹੜਾ ਕਿ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦਾ, ਦੂਸਰਾ ਰੋਪੜ ਵੈਟਲੈਂਡ, ਠੀਕ ਹੈ, ਤੀਸਰਾ ਕੰਜਲੀ ਕਪੂਰਥਲਾ ਦੇ ਵਿੱਚ, ਠੀਕ ਹੈ। ਪਹਿਲਾ ਹਰੀਕੇ ਪਤਨ ਤਰਨ ਤਾਰਨ, ਦੂਸਰਾ ਰੋਪੜ ਵੈਟਲੈਂਡ, ਤੀਸਰਾ ਕੰਜਲੀ ਕਪੂਰਥਲਾ ਦੇ ਵਿੱਚ ਟੋਟਲ ਵੈਟਲੈਂਡ ਕਿੰਨੇ ਨੇ ਪੰਜਾਬ ਦੇ ਵਿੱਚ? ਤਿੰਨ। ਆਫਟਰ ਦੈਟ ਆਪਾਂ ਗੱਲ ਕਰ ਲੈਂਦੇ ਹਾਂ ਜ਼ੂਲੋਜੀਕਲ ਪਾਰਕ ਕਿੰਨੇ ਨੇ ਪੰਜਾਬ ਦੇ ਵਿੱਚ। ਹੁਣ ਜਿਹੜਾ ਸਭ ਤੋਂ ਟੋਟਲ ਨੇ ਪੰਜ ਆਪਣੇ ਜ਼ੂਲੋਜੀਕਲ ਪਾਰਕਸ ਇਨ ਪੰਜਾਬ, ਕਿੰਨੇ ਨੇ ਟੋਟਲ? ਪੰਜ। ਹੁਣ ਆ ਜਿਹੜਾ ਪਹਿਲਾ ਹੈ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਮੋਹਾਲੀ, ਇਹ ਸਭ ਨੇ ਦੇਖਿਆ ਹੋਊਗਾ ਆਲਮੋਸਟ ਜਿੰਨੇ ਵੀ ਪੰਜਾਬ ਦੇ ਬੱਚੇ ਨੇ, ਕਿਉਂਕਿ ਜੋ ਸਕੂਲ ਵਾਲੇ ਇਹਨੂੰ ਟ੍ਰਿਪ ਬਹੁਤ ਲੈ ਕੇ ਜਾਂਦੇ ਨੇ ਤੇ ਮੈਂ ਤਿੰਨ ਚਾਰ ਵਾਰ ਦੇਖਿਆ ਇਹਨੂੰ ਆਪਾਂ। ਵੈਸੇ ਇਹਦਾ ਨਾਮ ਹੈ ਇਹ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ। ਵੈਸੇ ਆਪਾਂ ਇਹਨੂੰ ਕਿਸ ਨਾਮ ਨਾਲ ਜਾਣਦੇ ਹਾਂ? ਛੱਤਗੀੜ ਜਾਂ ਫਿਰ ਚਿੜੀਆ ਘਰ ਵੀ ਕਹਿ ਦਿੰਦੇ ਹਾਂ, ਕਹਿੰਦੇ ਹਾਂ ਨਾ ਚਿੜੀਆ ਘਰ ਜਾਂਦੇ ਹਾਂ। ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਤੁਹਾਡੀ ਛੱਤਬੀੜ, ਠੀਕ ਹੈ। ਸਕੂਲਾਂ ਵਾਲੇ ਬਹੁਤ ਲੈ ਕੇ ਜਾਂਦੇ ਨੇ ਇੱਥੇ ਘੁਮਾਉਣ ਵਗੈਰਾ, ਤਾਂ ਮੋਹਾਲੀ ਦੇ ਵਿੱਚ ਹੈ ਤੁਹਾਡਾ। ਹੁਣ ਜ਼ੂਲੋਜੀਕਲ ਪਾਰਕ ਟੋਟਲ ਪੰਜ ਨੇ, ਇਹਦੇ 'ਚ ਜਿਹੜੇ ਤਿੰਨ ਨੇ ਸਪੈਸੀਫਿਕ ਉਹ ਤੁਹਾਡੇ ਡੀਅਰਲੀ ਨੇ, ਠੀਕ ਹੈ। ਦੋ ਨੇ ਜਿਹੜੇ ਉਹ ਅਨਦਰ ਐਨੀਮਲਸ ਨੇ, ਪਰ ਸਪੈਸੀਫਿਕਲੀ ਜਿਹੜੇ ਨੇ ਉਹ ਕਿੰਨੇ ਨੇ ਟੋਟਲ? ਤਿੰਨ ਨੇ ਜੋ ਉਹ ਡੀਅਰ ਵਾਲੇ ਨੇ, ਠੀਕ ਹੈ। ਹੁਣ ਦੂਸਰਾ ਕਿਹੜਾ ਹੈ? ਟਾਈਗਰ ਸਫਾਰੀ। ਇਹ ਕਿੱਥੇ ਪੈਂਦਾ ਜੀ ਟਾਈਗਰ ਸਫਾਰੀ? ਇਹ ਲੁਧਿਆਣੇ ਦੇ ਵਿੱਚ ਹੈ ਤੁਹਾਡਾ, ਠੀਕ ਹੈ, ਟਾਈਗਰ ਸਫਾਰੀ ਲੁਧਿਆਣਾ। ਬਾਕੀ ਤਿੰਨੋਂ ਹੁਣ ਜਿਹੜੇ ਮੈਂ ਬੋਲੂੰਗੀ ਉਹ ਸਪੈਸੀਫਿਕ ਡੀਅਰ ਦੇ ਲਈ ਨੇ, ਠੀਕ ਹੈ। ਅਗਲਾ ਹੈ ਡੀਅਰ ਪਾਰਕ ਵੀਰ ਮੋਤੀ ਬਾਗ। ਕਿਹੜਾ ਹੈ? ਡੀਅਰ ਪਾਰਕ ਵੀਰ ਮੋਤੀ ਬਾਗ, ਇਹ ਤੁਹਾਡਾ ਪਟਿਆਲੇ ਦੇ ਵਿੱਚ ਹੈ ਜੀ। ਆਫਟਰ ਦੈਟ ਡੀਅਰ ਪਾਰਕ ਇਹ ਨੀਲੋਂ, ਇਹ ਲੁਧਿਆਣੇ ਕੋਲ ਪੈਂਦਾ, ਉੱਥੇ ਹੈ। ਲਾਸਟ ਇਜ਼ ਯੋਰ ਡੀਅਰ ਪਾਰਕ, ਇਹ ਹੈਗਾ ਬੀਰ ਤਲਾਬ, ਇਹ ਕਿੱਥੇ ਹੈ? ਬਠਿੰਡੇ ਦੇ ਵਿੱਚ ਹੈ। ਤਾਂ ਇਹ ਸਾਰੇ ਯਾਦ ਰੱਖਿਓ ਪੰਜ ਦੇ ਪੰਜ ਜ਼ੂਲੋਜੀਕਲ ਪਾਰਕਸ ਔਰ ਤੁਹਾਡੇ ਤਿੰਨ ਨੇ ਹਲੇ ਤੱਕ ਆਪਾਂ ਡਿਸਕਸ ਕੀਤੇ ਵੈਟਲੈਂਡਸ। ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਬੋਟੈਨੀਕਲ ਗਾਰਡਨਸ ਪੰਜਾਬ ਦੇ ਵਿੱਚ। ਬੋਟੈਨੀਕਲ ਗਾਰਡਨ ਨੇ ਟੋਟਲ ਪੰਜ। ਹੁਣ ਬੋਟੈਨੀਕਲ ਗਾਰਡਨ ਕੀ ਹੁੰਦਾ? ਇਹ 'ਚ ਕਾਫੀ ਸਾਰੇ ਪਲਾਂਟਸ ਦੀ ਸਪੀਸ਼ੀਜ਼ ਦੇ ਉੱਤੇ ਸਟੱਡੀ ਹੁੰਦੀ ਹੈ ਬੋਟੈਨੀਕਲ ਗਾਰਡਨ ਦੇ ਵਿੱਚ, ਠੀਕ ਹੈ। ਬੋਟੈਨੀਕਲ ਗਾਰਡਨ ਕਿੰਨੇ ਨੇ ਟੋਟਲ? ਪੰਜ ਨੇ ਪੰਜਾਬ ਦੇ ਵਿੱਚ। ਨੰਬਰ 1 ਬਾਰਾਦਰੀ ਗਾਰਡਨ, ਇਹ ਪਟਿਆਲੇ ਦੇ ਵਿੱਚ ਹੈ ਜੀ ਤੁਹਾਡਾ। ਦੂਸਰਾ ਆਮ ਖਾਸ ਬਾਗ, ਇਹ ਸਰਹੰਦ ਫਤਿਹਗੜ੍ਹ ਸਾਹਿਬ ਕੋਲ ਪੈਂਦਾ ਜੀ। ਤੀਸਰਾ
ਕਾਇਮਾ ਬੋਟੈਨੀਕਲ ਗਾਰਡਨ ਇਹ ਕਪੂਰਥਲੇ ਹੈ। ਚੌਥਾ ਸ਼ਾਲੀਮਾਰ ਬੋਟੈਨੀਕਲ ਗਾਰਡਨ ਇਹ ਵੀ ਕਪੂਰਥਲੇ ਚ ਹੈ। ਪੰਜਵਾਂ ਰਾਮਬਾਗ ਇਹ ਤੁਹਾਡਾ ਰਾਮਬਾਗ ਬੋਟੈਨੀਕਲ ਗਾਰਡਨ ਇਹ ਤੁਹਾਡਾ ਅੰਮ੍ਰਿਤਸਰ ਦੇ ਵਿੱਚ ਹੈ। ਤਾਂ ਇਹ ਪੰਜ ਤੁਹਾਡੇ ਬੋਟੈਨੀਕਲ ਗਾਰਡਨ ਹੋ ਗਏ, ਇਹ ਯਾਦ ਰੱਖੋ ਕਿੱਥੇ ਕਿੱਥੇ ਪੈਂਦੇ ਨੇ। ਤਿੰਨ ਤੁਹਾਡੇ ਟੋਟਲ ਵੈਟਲੈਂਡ ਹੋ ਗਏ ਔਰ ਜ਼ੂਲੋਜੀਕਲ ਪਾਰਕਸ ਕਿੰਨੇ ਹੋ ਗਏ ਪੰਜਾਬ ਦੇ ਵਿੱਚ? ਪੰਜ। ਤਾਂ ਇਹ ਸਾਰੇ ਨੋਟ ਡਾਊਨ ਕਰ ਲਓ ਔਰ ਕਿਹੜਾ ਕਿੱਥੇ ਪੈਂਦਾ ਇਹ ਵੀ ਦੇਖ ਲਓ, ਠੀਕ ਹੈ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਬਾਰੇ। ਬਟ ਇਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਜੋ ਪੰਜਾਬੀ ਮਹੀਨਿਆਂ ਦੇ ਆ, ਜਿਹਨਾਂ ਨੂੰ ਆਪਾਂ ਦੇਸੀ ਮਹੀਨਿਆਂ ਦੇ ਨਾਮ ਕਹਿੰਦੇ ਹਾਂ, ਉਹ ਵੀ ਯਾਦ ਹੋਣੇ ਬਹੁਤ ਜ਼ਰੂਰੀ ਨੇ। ਤਾਂ ਪਹਿਲਾਂ ਇੱਕ ਨਜ਼ਰ ਆਪਾਂ ਮਾਰ ਲੈਂਦੇ ਹਾਂ ਕਿ ਪੰਜਾਬੀ ਦਾ ਜੋ ਆਪਣਾ ਕੈਲੰਡਰ ਹੈ ਉਹਦੇ ਅਕੋਰਡਿੰਗ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਨੂੰ ਕੀ ਕਿਹਾ ਜਾਂਦਾ। ਸੋ ਦੈਟ ਜਦੋਂ ਤੁਹਾਨੂੰ ਇਹ ਅੱਛੇ ਤਰੀਕੇ ਨਾਲ ਸਮਝ ਆ ਜਾਣਗੇ ਤਾਂ ਜੋ ਪੰਜਾਬ ਦੇ ਮੇਲੇ ਤਿਉਹਾਰ ਨੇ ਉਹ ਕਿਹੜੀ ਤਰੀਕ ਨੂੰ ਮਨਾਏ ਜਾਂਦੇ ਨੇ ਉਹ ਵੀ ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ, ਠੀਕ ਹੈ। ਸਭ ਤੋਂ ਪਹਿਲਾਂ ਆਪਣਾ ਜੋ ਸ਼ੁਰੂ ਹੁੰਦਾ ਨਿਊ ਇਅਰ ਪੰਜਾਬੀਆਂ ਦਾ, ਜੋ ਦੇਸੀ ਮਹੀਨਿਆਂ ਦੇ ਅਕੋਰਡਿੰਗ ਅਗਰ ਆਪਾਂ ਕੈਲੰਡਰ ਕਹੀਏ ਤਾਂ ਚੇਤ ਦੀ ਏਕਮ ਤੋਂ ਜਾਂ ਚੇਤਰ ਦੀ ਏਕਮ ਤੋਂ, ਮਤਲਬ ਫਸਟ ਮਾਰਚ ਤੋਂ ਆਪਣਾ ਜੋ ਦੇਸੀ ਮਹੀਨਿਆਂ ਦਾ ਕੈਲੰਡਰ ਆ ਉਹ ਸ਼ੁਰੂ ਹੁੰਦਾ। ਤਾਂ ਪਹਿਲਾ ਮਹੀਨਾ ਕੀ ਹੋ ਗਿਆ? ਚੇਤ, ਜੋ ਕੀ ਹੁੰਦਾ ਮਾਰਚ। ਦੂਸਰਾ ਵਿਸਾਖ, ਜੋ ਅਪ੍ਰੈਲ। ਫਿਰ ਜੇਠ, ਮਈ। ਹਾੜ, ਜੂਨ। ਸਾਉਣ, ਜੁਲਾਈ। ਭਾਦੋ, ਅਗਸਤ। ਅੱਸੂ, ਸਪਟੰਬਰ। ਕੱਤਕ, ਅਕਤੂਬਰ। ਮੱਘਰ, ਨਵੰਬਰ। ਪੋਹ, ਦਸੰਬਰ। ਮਾਘ, ਜਨਵਰੀ। ਫੱਗਣ, ਫੈਬਰੀ। ਇਹ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਕਰ ਲਓ, ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਕਈ ਵਾਰ ਹੋ ਜਾਂਦਾ ਕਿ ਕਰਨੋਲੋਜੀਕਲ ਆਰਡਰ ਹੀ ਨਾ ਪੁੱਛ ਲਏ, ਠੀਕ ਹੈ, ਕੁਛ ਵੀ ਪੁੱਛਾ ਦਾ ਕੰਪੀਟੀਸ਼ਨ ਹਾਈ ਕਰਨ ਲਈ। ਤਾਂ ਇਹ ਸਾਰੇ ਤੁਹਾਨੂੰ ਜੋ ਦੇਸੀ ਮਹੀਨਿਆਂ ਦੇ ਨਾਮ ਨੇ ਮੈਂ ਤੁਹਾਨੂੰ ਲਿਸਟ ਦੇ ਦਿੱਤੀ ਹੈ ਤੇ ਇਹਨੂੰ ਯਾਦ ਕਰ ਲਿਓ। ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਬਾਰੇ। ਮਾਘੀ ਦਾ ਮੇਲਾ ਮੁਕਤਸਰ ਦਾ ਬਹੁਤ ਫੇਮਸ ਹੈ, ਮਾਘੀ ਦਾ ਮੇਲਾ ਤੁਹਾਡਾ। ਰੂਰਲ ਓਲੰਪਿਕਸ, ਬਹੁਤ ਇੰਪੋਰਟੈਂਟ ਕੁਸ਼ਚਨ। ਹੁਣ ਇੱਥੇ ਬਲਦਾਂ ਦੀਆਂ ਰੇਸਾਂ ਲਵਾਈਆਂ ਜਾਂਦੀਆਂ ਨੇ, ਠੀਕ ਹੈ। ਰੂਰਲ ਓਲੰਪਿਕਸ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਕਿਹਾ ਜਾਂਦਾ ਔਰ ਇਹ ਕਿਲਾ ਰਾਏਪੁਰ ਕਿੱਥੇ ਪੈਂਦਾ? ਲੁਧਿਆਣੇ ਜ਼ਿਲ੍ਹੇ ਦੇ ਕੋਲ ਪੈਂਦਾ। ਤੀਸਰਾ ਤੁਹਾਡਾ ਕਿਸਾਨ ਮੇਲਾ, ਇਹ ਹਰ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਲੱਗਦਾ ਤੁਹਾਡਾ, ਠੀਕ ਹੈ। ਕਿਹੜਾ? ਕਿਸਾਨ ਮੇਲਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਟਿਆਲਾ। ਨੈਕਸਟ ਹੈ ਤੁਹਾਡਾ ਛਪਾਰ ਦਾ ਮੇਲਾ। ਇੱਥੇ ਕੁਸ਼ਚਨ ਬਹੁਤ ਆਉਂਦਾ, ਛਪਾਰ ਦਾ ਮੇਲਾ ਲੁਧਿਆਣੇ ਦੇ ਵਿੱਚ ਲੱਗਦਾ ਜੀ ਔਰ ਇਹ ਕਦੋਂ ਲੱਗਦਾ? ਭਾਦੋ ਸੁਦੀ 14 ਨੂੰ, ਮਤਲਬ ਭਾਦੋ ਜਿਹੜਾ ਮਹੀਨਾ ਕਿਹੜਾ ਇੱਥੇ ਦੇਖਿਆ ਆਪਾਂ, ਭਾਦੋ ਅਗਸਤ ਦੀ 14 ਨੂੰ, ਠੀਕ ਹੈ। ਭਾਦੋ ਸੁਦੀ 14 ਨੂੰ ਤੁਹਾਡਾ ਛਪਾਰ ਦਾ ਮੇਲਾ ਲੁਧਿਆਣੇ ਵਿੱਚ ਲੱਗਦਾ। ਅਗਲਾ ਹੈ ਤੁਹਾਡਾ ਹੋਲਾ ਮਹੱਲਾ। ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਫੇਮਸ ਹੈ। ਫਿਰ ਤੁਹਾਡੀ ਬਸੰਤ ਪੰਚਮੀ, ਬਸੰਤ ਪੰਚਮੀ ਜਦੋਂ ਆਪਾਂ, ਤੁਹਾਨੂੰ ਪਤਾ ਹੀ ਹੈ ਸਾਰੇ ਪਤੰਗ ਉਡਾਉਂਦੇ ਨੇ, ਇਹ ਕਦੋਂ ਹੁੰਦੀ ਹੈ? ਮਾਘ ਸੁਦੀ ਪੰਚਮੀ ਨੂੰ, ਠੀਕ ਹੈ, ਮਾਘ ਸੁਦੀ ਪੰਚਮੀ ਨੂੰ। ਅਗਲਾ ਹੈ ਹੋਲੀ। ਹੋਲੀ ਤੁਹਾਡੀ ਫੱਗਣ ਮਹੀਨੇ ਚ ਮਨਾਈ ਜਾਂਦੀ ਹੈ, ਸਾਰਿਆਂ ਨੂੰ ਪਤਾ ਆਪਾਂ ਨੂੰ। ਜਰਗ ਦਾ ਮੇਲਾ, ਇੱਥੋਂ ਕੁਸ਼ਚਨ ਆ ਸਕਦਾ, ਬਹੁਤ ਇੰਪੋਰਟੈਂਟ ਹੈ। ਜਰਗ ਦਾ ਮੇਲਾ ਜੋ ਹੈ ਸ਼ੀਤਲਾ ਮਾਤਾ ਨੂੰ ਖੁਸ਼ ਕਰਨ ਲਈ ਲੱਗਦਾ ਤੁਹਾਡਾ ਔਰ ਜਰਗ ਦੇ ਮੇਲੇ ਦਾ ਇੱਕ ਹੋਰ ਨਾਮ ਵੀ ਹੈ ਬੈੜੀ ਦਾ ਮੇਲਾ ਔਰ ਇਹ ਵੀ ਕਿਹੜਾ ਪੁੱਛ ਲੈਂਦਾ ਕਿ ਸ਼ੀਤਲਾ ਮਾਤਾ ਦਾ ਵਾਹਨ ਕਿਹੜਾ ਹੁੰਦਾ? ਤਾਂ ਖੋਤਾ, ਠੀਕ ਹੈ। ਖੋਤੇ ਨੂੰ ਸ਼ੀਤਲਾ ਮਾਤਾ ਦਾ ਵਾਹਨ ਵੀ ਮੰਨਿਆ ਜਾਂਦਾ, ਖੋਤਾ ਸ਼ੀਤਲਾ ਮਾਤਾ ਦਾ ਵਾਹਨ ਹੈ। ਤਾਂ ਕੁਸ਼ਚਨਸ ਨੂੰ ਸਾਈਮਲਟੇਨੀਅਸਲੀ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਅਗਲਾ ਹੈ ਜਗਰਾਵਾਂ ਦਾ ਮੇਲਾ, ਇਹ ਬਹੁਤ ਇੰਪੋਰਟੈਂਟ ਹੈ, ਇੱਕ ਦੋ ਵਾਰ ਆਇਆ ਵੀ ਹੈ। ਜਗਰਾਵਾਂ ਦੇ ਮੇਲੇ ਦਾ ਦੂਸਰਾ ਨਾਮ ਹੈ ਰੋਸ਼ਨੀਆਂ ਦਾ ਮੇਲਾ, ਠੀਕ ਹੈ। ਇਹ ਮੇਲਾ ਹੈਗਾ ਜਿਹੜਾ ਆਪਣਾ ਰੋਸ਼ਨੀਆਂ ਦਾ ਮੇਲਾ, ਪੁੱਛੂਗਾ ਕਿਹਦੀ ਕਬਰ ਦੇ ਉੱਤੇ ਲੱਗਦਾ, ਠੀਕ ਹੈ। ਜਿਹੜਾ ਤੁਹਾਡਾ ਜਗਰਾਵਾਂ ਦਾ ਮੇਲਾ ਹੈ ਜਿਹਨੂੰ ਆਪਾਂ ਰੋਸ਼ਨੀਆਂ ਦਾ ਮੇਲਾ ਵੀ ਕਹਿ ਦਿੰਦਾ ਹੈ, ਇਹ ਕਿਹਦੀ ਕਬਰ ਤੇ ਲੱਗਦਾ? ਇਹ ਸੂਫੀ ਫਕੀਰ ਅਬਦੁਲ ਕਾਦਰ ਜਲਾਨੀ ਇਹਦੀ ਕਬਰ ਤੇ ਲੱਗਦਾ ਜੀ। ਇਹਨਾਂ ਦੀ, ਇਹ ਬਹੁਤ ਪ੍ਰਸਿੱਧ ਸੂਫੀ ਫਕੀਰ ਸੀਗੇ ਅਬਦੁਲ ਕਾਦਰ ਜਲਾਨੀ, ਇਹਨਾਂ ਦਾ ਨਾਮ ਯਾਦ ਰੱਖਿਓ ਅਬਦੁਲ ਕਾਦਰ ਜਲਾਨੀ ਔਰ ਇਹ 14 ਤੋਂ ਲੈ ਕੇ 16 ਫੱਗਣ ਤੱਕ ਲੱਗਦਾ, ਠੀਕ ਹੈ। ਇਹ ਤੁਹਾਡੇ ਸਾਰੇ ਇੰਪੋਰਟੈਂਟ ਪੰਜਾਬ ਦੇ ਮੇਲੇ ਤੇ ਤਿਉਹਾਰ ਨੇ ਔਰ ਜਿਵੇਂ ਆਪਾਂ ਛੋਟੇ ਹੁੰਦੇ ਬੁੱਕਸ ਪੜ੍ਹਿਆ ਹੀ ਹੈ ਥੋੜਾ ਬਹੁਤ ਕਿ ਦੀਵਾਲੀ ਅੰਮ੍ਰਿਤਸਰ ਦੀ, ਠੀਕ ਹੈ। ਤਾਂ ਮਤਲਬ ਦੀਵਾਲੀ ਅੰਮ੍ਰਿਤਸਰ ਦੀ ਇੰਪੋਰਟੈਂਟ ਹੈ ਔਰ ਅੰਮ੍ਰਿਤਸਰ ਦੇ ਵਿੱਚ ਕੀ ਹੈ? ਗੋਲਡਨ ਟੈਂਪਲ ਹੈ, ਜਲਿਆਂ ਵਾਲਾ ਬਾਗ ਹੈ, ਠੀਕ ਹੈ। ਕੁਛ ਕੁਛ ਕੁਸ਼ਚਨਸ ਆਪਾਂ ਸਾਈਮਲਟੇਨੀਅਸਲੀ ਵੀ ਯਾਦ ਰੱਖਣ। ਹੁਣ ਜਲਿਆਂ ਵਾਲੇ ਬਾਗ ਦੀ ਗੱਲ ਹੋਈ ਤਾਂ ਜਲਿਆਂ ਵਾਲਾ ਬਾਗ ਕਦੋਂ ਕਾਂਡ ਹੋਇਆ? 13 ਅਪ੍ਰੈਲ 1919 ਨੂੰ, ਵਿਸਾਖੀ ਵਾਲੇ ਦਿਨ। ਹੁਣ ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਠੀਕ ਹੈ। ਇੱਦਾਂ ਦੇ ਕੁਛ ਕੁਸ਼ਚਨ, ਠੀਕ ਹੈ, ਇੱਦਾਂ ਦੇ ਕੁਛ ਕੁਸ਼ਚਨਸ ਆਪਾਂ ਨੂੰ ਯਾਦ ਹੋਣੇ ਚਾਹੀਦੇ ਨੇ। ਔਰ ਜਿਹੜਾ ਤੁਹਾਡਾ ਜਲਿਆਂ ਵਾਲਾ ਬਾਗ ਹੱਤਿਆਕਾਂਡ ਹੋਇਆ ਸੀ ਉਹਦੇ ਉੱਤੇ ਮਤਲਬ ਕਿਹਨੇ ਹੁਕਮ ਦਿੱਤਾ ਸੀ? ਨਿਰਥੇ ਲੋਕਾਂ ਨੇ ਜਦੋਂ ਉੱਥੇ ਵਿਚਾਰਿਆਂ ਨੇ ਮਤਲਬ ਆਪਣਾ ਕੀਤਾ ਹੋਆ ਕਿ ਵਿਦਰੋਹ, ਤਾਂ ਉੱਥੇ ਗੋਲੀਆਂ ਚਲਾਉਣ ਦਾ ਹੁਕਮ ਜਨਰਲ ਡਾਇਰ ਨੇ ਦਿੱਤਾ, ਠੀਕ ਹੈ। ਇਹ ਕੁਛ ਇੰਪੋਰਟੈਂਟ ਕੁਸ਼ਚਨਸ ਰੱਖਦੇ ਨੇ ਬਹੁਤ, ਇਹ ਤੁਹਾਨੂੰ ਵੈਸੇ ਹੀ ਥੋੜ੍ਹੇ ਬਹੁਤ ਯਾਦ ਹੋਣੇ ਚਾਹੀਦੇ ਨੇ, ਠੀਕ ਹੈ। ਤੇ ਹੋਪ ਤੁਹਾਨੂੰ ਇਹ ਵਾਲਾ ਸਾਰਾ ਸਮਝ ਆਇਆ ਹੋਊਗਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੁਛ ਸੋਸ਼ਲ ਰਿਫੋਰਮ ਮੂਵਮੈਂਟਸ ਦੀ, ਜੋ ਕਿ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ ਵਿਊ ਤੋਂ ਔਰ ਐਗਜ਼ਾਮਸ ਦੇ ਵਿੱਚ ਇਹ ਤੁਹਾਨੂੰ ਦੇਖਣ ਨੂੰ ਇੱਕ ਅੱਧਾ ਕੁਸ਼ਚਨ ਇਹਨਾਂ ਚੋਂ ਪੱਕਾ ਮਿਲ ਜਾਏਗਾ। ਤਾਂ ਧਿਆਨ ਨਾਲ ਸੁਣਿਓ ਜੋ ਵੀ ਆਪਾਂ ਹੁਣ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸੋਸ਼ਲ ਰਿਫੋਰਮ ਮੂਵਮੈਂਟਸ ਇਨ ਪੰਜਾਬ। ਸਭ ਤੋਂ ਪਹਿਲੇ ਨਿਰੰਕਾਰੀ ਮੂਵਮੈਂਟ, ਇਹ ਸ਼ੁਰੂ ਕੀਤੀ ਸੀ ਬਾਬਾ ਦਿਆਲ ਸਿੰਘ ਜੀ ਨੇ, ਠੀਕ ਹੈ। ਨਿਰੰਕਾਰੀ ਮੂਵਮੈਂਟ ਬਾਬਾ ਦਿਆਲ ਸਿੰਘ ਜੀ, ਇਹ ਓਰੀਜਨੇਟ
ਹੋਈ ਸੀ ਕਿੱਥੋਂ ਰਾਵਲਪਿੰਡੀ ਤੋਂ ਸ਼ੁਰੂ ਹੋਈ ਸੀ ਇਹ ਰਾਵਲਪਿੰਡੀ ਯਾਦ ਰੱਖਿਓ ਨਿਰੰਕਾਰੀ ਮੂਵਮੈਂਟ ਸ਼ੁਰੂ ਬਾਬਾ ਦਿਆਲ ਸਿੰਘ ਜੀ ਨੇ ਕੀਤੀ ਤੇ ਸ਼ੁਰੂ ਕਿੱਥੋਂ ਹੋਈ ਸੀ ਰਾਵਲਪਿੰਡੀ ਤੋਂ ਔਰ ਇਹਦੇ ਸਕਸੈਸਰ ਸੀਗੇ ਦਰਬਾਰ ਸਿੰਘ ਕੌਣ ਸੀਗੇ ਸਕਸੈਸਰ ਦਰਬਾਰ ਸਿੰਘ ਅਗਲੀ ਮੂਵਮੈਂਟ ਹੈ ਰਾਧਾ ਸਵਾਮੀ ਮੂਵਮੈਂਟ ਜੋ ਸ਼ੁਰੂ ਕੀਤੀ ਸੀ ਸ਼ਿਵ ਦਿਆਲ ਸਿੰਘ ਨੇ ਠੀਕ ਹੈ ਔਰ ਇਹ ਸ਼ੁਰੂ ਹੋਈ ਸੀ ਆਗਰਾ ਤੋਂ ਠੀਕ ਹੈ ਆਗਰਾ ਤੋਂ ਸ਼ੁਰੂ ਹੋਈ ਸੀ ਤੁਹਾਡੀ ਰਾਧਾ ਸਵਾਮੀ ਮੂਵਮੈਂਟ ਔਰ ਸ਼ਿਵ ਦਿਆਲ ਸਿੰਘ ਜੀ ਇਹਦੇ ਫਾਊਂਡਰ ਸੀ ਨੈਕਸਟ ਹੈ ਤੁਹਾਡੀ ਨਾਮਧਾਰੀ ਮੂਵਮੈਂਟ ਨਾਮਧਾਰੀ ਮੂਵਮੈਂਟ ਨੂੰ ਕੂਕਾ ਮੂਵਮੈਂਟ ਵੀ ਕਿਹਾ ਜਾਂਦਾ ਸੀ ਤੁਹਾਡੀ ਠੀਕ ਹੈ ਔਰ ਇਹ ਫਾਊਂਡ ਕੀਤੀ ਸੀ ਬਾਲਕ ਸਿੰਘ ਨੇ ਬਟ ਇਹਦੇ ਸਕਸੈਸਰ ਸੀ ਇਹ ਰਾਮ ਸਿੰਘ ਜੀ ਠੀਕ ਹੈ ਫਾਊਂਡ ਕਿਹਨੇ ਕੀਤੀ ਬਾਲਕ ਸਿੰਘ ਜੀ ਨੇ ਸਕਸੈਸਰ ਕੌਣ ਸੀ ਰਾਮ ਸਿੰਘ ਔਰ ਆਪਣੀ ਨਾਮਧਾਰੀ ਮੂਵਮੈਂਟ ਨੂੰ ਕੂਕਾ ਮੂਵਮੈਂਟ ਵੀ ਕਿਹਾ ਜਾਂਦਾ ਹੈ ਅਗਲੀ ਹੈ ਤੁਹਾਡੀ ਗਦਰ ਪਾਰਟੀ ਜਾਂ ਗਦਰ ਮੂਵਮੈਂਟ ਗਦਰ ਇੱਕ ਉਸ ਟਾਈਮ ਵੀਕਲੀ ਨਿਊਜ਼ ਪੇਪਰ ਦਾ ਨਾਮ ਹੁੰਦਾ ਸੀ ਜਿਹਦੇ ਚੀਫ ਐਡੀਟਰ ਕੌਣ ਹੁੰਦੇ ਸੀ ਲਾਲਾ ਹਰਦਿਆਲ ਸਿੰਘ ਜੀ ਠੀਕ ਹੈ ਤਾਂ ਇਹਦੇ ਮੇਨ ਲੀਡਰ ਤਿੰਨ ਜਣੇ ਰਹੇ ਫਿਰ ਗਦਰ ਪਾਰਟੀ ਦੇ ਲਾਲਾ ਹਰਦਿਆਲ ਸਿੰਘ ਜੀ ਸੀਗੇ ਇੱਕ ਤਾਂ ਇੱਕ ਸੀਗਾ ਸੋਹਣ ਸਿੰਘ ਭਕਨਾ ਦੂਸਰੇ ਸੀਗੇ ਕਰਤਾਰ ਸਿੰਘ ਸਰਾਭਾ ਔਰ ਇਹ ਸ਼ੁਰੂ ਹੋਈ ਸੀ ਸੈਨ ਫਰਾਂਸਿਸਕੋ ਤੋਂ ਸੈਨ ਫਰਾਂਸਿਸਕੋ ਕਿੱਥੇ ਹੁਣ ਅਮੈਰੀਕਾ ਦੇ ਵਿੱਚ ਹੈ ਠੀਕ ਹੈ ਸੈਨ ਫਰਾਂਸਿਸਕੋ ਅਮੈਰੀਕਾ ਦੇ ਵਿੱਚ ਇਹ ਸ਼ੁਰੂ ਹੋਈ ਸੀ ਤੁਹਾਡੀ ਗਦਰ ਪਾਰਟੀ ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਪੰਜਾਬ ਦੀਆਂ ਜੋ ਦਰਿਆਵਾਂ ਨੇ ਉਹਨਾਂ ਦੇ ਪੁਰਾਣੇ ਨਾਂ ਐਂਸ਼ੀਅੰਟ ਨੇਮਸ ਆਫ ਰਿਵਰਸ ਇਹ ਕੁਐਸਚਨ ਵੀ ਤੁਹਾਨੂੰ ਉੱਥੇ ਦੇਖਣ ਨੂੰ ਮਿਲੀ ਜਾਏਗਾ ਆਲਮੋਸਟ ਸਭ ਤੋਂ ਪਹਿਲਾਂ ਤੁਹਾਡਾ ਸਤਲੁਜ ਦਾ ਪੁਰਾਣਾ ਨਾਮ ਸੀ ਸਤਲੁਤਰੀ ਕੀ ਨਾਮ ਸੀ ਸਤਲੁਤਰੀ ਰਾਵੀ ਦਾ ਪੁਰਾਣਾ ਨਾਮ ਸੀਗਾ ਪਰੁਸ਼ਤਨੀ ਕੀ ਨਾਮ ਸੀ ਪਰੁਸ਼ਤਨੀ ਬਿਆਸ ਦਾ ਪੁਰਾਣਾ ਨਾਮ ਸੀ ਵਿਪਸ਼ ਬਿਆਸ ਦਾ ਪੁਰਾਣਾ ਨਾਮ ਵਿਪਸ਼ ਜੇਲਮ ਦਾ ਪੁਰਾਣਾ ਨਾਮ ਸੀ ਵਿਤਸਤ ਕੀ ਨਾਮ ਸੀ ਵਿਤਸਤ ਜੇਲਮ ਦਾ ਚਨਾਬ ਦਾ ਪੁਰਾਣਾ ਨਾਮ ਸੀ ਅਸਿਕਨੀ ਕੀ ਨਾਮ ਸੀ ਅਸਿਕਨੀ ਚਨਾਬ ਦਾ ਪੁਰਾਣਾ ਨਾਮ ਅਸਿਕਨੀ ਇੰਦਸ ਦਾ ਪੁਰਾਣਾ ਨਾਮ ਸੀਗਾ ਸਿੰਧੂ ਔਰ ਤੁਹਾਡੀ ਸਰਸਵਤੀ ਨਦੀ ਦਾ ਪੁਰਾਣਾ ਨਾਮ ਸੀ ਸਰੁਸਤੀ ਤਾਂ ਹੋ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਇੰਪੋਰਟੈਂਟ ਕੀ ਪੁਆਇੰਟਸ ਨੇ ਜੋ ਉਹ ਡਿਸਕਸ ਕੀਤੇ ਨੇ ਤੇ ਪਲੀਜ਼ ਇਹਨਾਂ ਸਾਰਿਆਂ ਨੂੰ ਯਾਦ ਰੱਖਿਓ ਔਰ ਪੀਟੈਟ ਲੈਵਲ ਦਾ ਜੋ ਐਗਜ਼ਾਮ ਹੈ ਔਰ ਜਿੰਨੇ ਵੀ ਤੁਹਾਡੇ ਸਟੇਟ ਲੈਵਲ ਦੇ ਐਗਜ਼ਾਮ ਨੇ ਪੰਜਾਬ ਦੇ ਉਹਦੇ ਵਿੱਚ ਇਹ ਸਾਰੇ ਕੁਐਸਚਨਸ ਪੁੱਛੇ ਜਾਂਦੇ ਨੇ ਇਹ ਸਾਰੇ ਹੀ ਕੁਐਸਚਨਸ ਬਹੁਤ ਇੰਪੋਰਟੈਂਟ ਨੇ ਔਰ ਅਗਰ ਤੁਹਾਨੂੰ ਇਹ ਵੀਡੀਓ ਅੱਛਾ ਲੱਗਿਆ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਡੈਫੀਨੇਟਲੀ ਕਰ ਦਿਓ ਔਰ ਅਗਰ ਤੁਸੀਂ ਸਾਡੇ ਨਾਲ ਪਰਸਨਲ ਆ ਕੇ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਕਿਸੇ ਵੀ ਨੀਅਰ ਵਨ ਬ੍ਰਾਂਚ ਦੇ ਉੱਤੇ ਜਾ ਸਕਦੇ ਹੋ ਰੋਪੜ ਮੋਹਾਲੀ ਪਿੰਜੋਰ ਬੱਦੀ ਜਿਹੜੀ ਵੀ ਤੁਹਾਨੂੰ ਨੀਅਰ ਵਨ ਲੱਗਦੀ ਹੈ ਔਰ ਅਗਰ ਤੁਸੀਂ ਕੋਈ ਹੋਰ ਫਰਦਰ ਕੁਆਇਰੀ ਵੀ ਕਰਨੀ ਹੈ ਤਾਂ ਤੁਸੀਂ ਸਾਡੇ ਕੰਟੈਕਟ ਨੰਬਰ ਵਿਚ ਇਜ਼ 8283867867 ਦੇ ਉੱਤੇ ਵੀ ਗੱਲ ਕਰ ਸਕਦੇ ਹੋ ਸਾਡੇ ਨਾਲ ਔਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਕੋਈ ਹੋਰ ਫਰਦਰ ਕੁਆਇਰੀ ਹੈ ਤਾਂ ਉਹ ਵੀ ਪੁੱਛ ਸਕਦੇ ਹੋ ਔਰ ਤੁਸੀਂ ਸਾਡੇ ਨਾਲ ਜੁੜੇ ਰਹੋ ਪਲੀਜ਼ ਔਰ ਥੈਂਕ ਯੂ ਸੋ ਮੱਚ